ਦੈਨਿਕ ਸਵੇਰਾ ਟੀ ਵੀ ਦੇਖ ਰਿਹਾ ਤਮਾਮ ਦਰਸ਼ਕਾਂ ਦਾ ਸਵਾਗਤ ਹੈ। ਮੈਂ ਨਵੀਨ ਕੁਮਾਰ। ਇਸ ਸਮੇਂ ਦੀ ਵੱਡੀ ਖਬਰ, ਪੰਜਾਬ ਦੇ ਲੁਧਿਆਣਾ ਤੋਂ ਬੀਜੇਪੀ ਦੇ ਉਮੀਦਵਾਰ ਲੋਕ ਸਭਾ ਚੋਣਾਂ ਦੇ ਵਿੱਚ ਰਵਨੀਤ ਸਿੰਘ ਬਿੱਟੂ ਕੈਬਨਿਟ ਮੰਤਰੀ ਬਣਨ ਜਾ ਰਹੇ ਨੇ। ਮੰਤਰੀ ਪ੍ਰਧਾਨ ਮੰਤਰੀ ਮੋਦੀ ਦੇ ਮੰਤਰੀ ਮੰਡਲ ਦੇ ਵਿੱਚ ਉਹਨਾਂ ਨੂੰ ਸ਼ਾਮਲ ਕੀਤਾ ਜਾ ਸਕਦਾ ਹੈ। ਸੂਤਰਾਂ ਦੇ ਹਵਾਲੇ ਤੋਂ ਵੱਡੀ ਖਬਰ, ਕਿਉਂਕਿ ਰਵਨੀਤ ਬਿੱਟੂ ਨੂੰ ਵੀ ਫੋਨ ਆ ਗਿਆ ਹੈ। ਜਿਹੜੇ ਮੰਤਰੀਆਂ ਨੇ ਅੱਜ ਸ਼ਾਮ ਨੂੰ ਸਹੁੰ ਚੁੱਕਣੀਆਂ, ਉਹਨਾਂ ਨੂੰ ਫੋਨ ਆ ਰਹੇ ਨੇ। ਰਵਨੀਤ ਸਿੰਘ ਬਿੱਟੂ ਨੂੰ ਵੀ ਸੂਤਰਾਂ ਦੇ ਹਵਾਲੇ ਤੋਂ ਵੱਡੀ ਖਬਰ ਤੁਹਾਨੂੰ ਦੱਸ ਰਿਹਾ ਕਿ ਰਵਨੀਤ ਸਿੰਘ ਬਿੱਟੂ ਨੂੰ ਫੋਨ ਕਾਲ ਆ ਗਈ ਹੈ, ਜਿਸ ਦੇ ਵਿੱਚ ਰਵਨੀਤ ਬਿੱਟੂ ਜਿਹੜੇ ਨੇ ਉਹ ਪੀਐਮ ਮੋਦੀ ਦੀ ਮੰਤਰੀ ਮੰਡਲ ਦੇ ਵਿੱਚ ਸ਼ਾਮਲ ਹੋ ਸਕਦੇ ਨੇ। ਸਾਡੇ ਨਾਲ ਸਾਡੇ ਸਹਿਯੋਗੀ ਰਿਮਾਂਸ਼ੂ ਗਾਬਾ ਜੁੜੇ ਨੇ। ਰਿਮਾਂਸ਼ੂ, ਰਵਨੀਤ ਬਿੱਟੂ ਦੇ ਲਈ ਵੱਡੀ ਖਬਰ, ਉਹਨਾਂ ਨੂੰ ਮੰਤਰੀ ਮੰਡਲ ਦੇ ਵਿੱਚ ਸ਼ਾਮਲ ਕੀਤਾ ਜਾ ਸਕਦਾ ਹੈ? ਚਰਚਾਵਾਂ ਦੇ ਵਿੱਚ ਹੈ। ਅੱਜ ਸ਼ਾਮ ਨੂੰ ਜਦੋਂ ਪ੍ਰਧਾਨ ਮੰਤਰੀ ਮੋਦੀ ਨੇ ਤੀਜੀ ਵਾਰ ਸਹੁੰ ਚੁੱਕਣੀ ਹੈ, ਉਦੋਂ ਜਿਹੜੇ ਮੰਤਰੀ ਮੰਡਲ ਦੇ ਵਿੱਚੋਂ ਵੀ ਜਿਹੜੇ ਚਿਹਰਿਆਂ ਨੇ ਸਹੁੰ ਚੁੱਕਣੀ, ਉਹਨਾਂ ਦੇ ਵਿੱਚੋਂ ਰਵਨੀਤ ਬਿੱਟੂ ਵੀ ਇੱਕ ਚਿਹਰਾ ਹੋ ਸਕਦੇ ਨੇ। ਹਾਲਾਂਕਿ ਰਵਨੀਤ ਬਿੱਟੂ ਲੋਕ ਸਭਾ ਚੋਣਾਂ ਦੇ ਵਿੱਚ ਜਿੱਤ ਹਾਸਲ ਨਹੀਂ ਕਰ ਪਾਏ ਸੀਗੇ, ਪਰ ਨਵੀਨ ਜਿਸ ਤਰ੍ਹਾਂ ਅਮਿਤ ਸ਼ਾਹ ਨੇ ਆ ਕੇ ਇਹ ਕਿਹਾ ਸੀਗਾ ਕਿ ਲੁਧਿਆਣੇ ਦੇ ਲੋਕਾਂ ਨੂੰ ਅਪੀਲ ਕੀਤੀ ਸੀ ਕਿ ਤੁਸੀਂ ਇਹਨੂੰ ਇੱਕ ਵਾਰੀ ਜਿਤਾ ਕੇ ਭੇਜੋ ਤੇ ਇਹਨੂੰ ਵੱਡਾ ਬੰਦਾ ਬਣਾਉਣਾ ਮੇਰੀ ਜ਼ਿੰਮੇਵਾਰੀ, ਤਾਂ ਉਹ ਲੱਗ ਰਿਹਾ ਕਿਤੇ ਨਾ ਕਿਤੇ ਕਿ ਭਾਵੇਂ ਹਾਰ ਕੇ ਵੀ ਰਵਨੀਤ ਬਿੱਟੂ ਜਿਹੜੇ ਨੇ ਉਹ ਅੱਜ ਜ਼ਰੂਰ ਜਿੱਤ ਜਾਣਗੇ, ਕਿਉਂਕਿ ਜੇ ਮੰਤਰੀ ਪਤਲੀ ਸਹੁੰ ਚੱਕਣਗੇ ਤੇ ਮਤਲਬ ਇਹ ਵੀ ਸਾਫ਼ ਹੈ ਕਿ ਇਹਨਾਂ ਨੂੰ ਰਾਜ ਸਭਾ ਦੇ ਵਿੱਚ ਬਤੌਰ ਐਮ ਪੀ ਬੁਲਾਇਆ ਜਾ ਸਕਦਾ ਹੈ। ਜੇ ਲੋਕ ਸਭਾ ਦੇ ਵਿੱਚ ਇਹਨਾਂ ਨੇ ਜਿੱਤ ਹਾਸਲ ਨਹੀਂ ਕੀਤੀ ਤਾਂ ਰਾਜ ਸਭਾ ਦੇ ਵਿੱਚ ਇਹਨਾਂ ਨੂੰ ਭੇਜਿਆ ਜਾਏਗਾ, ਇਸ ਤੋਂ ਬਾਅਦ ਜਿਹੜਾ ਅੱਗੇ ਇਹ ਪਾਰਲੀਮੈਂਟ 'ਚ ਵੀ ਰਹਿ ਸਕਦੇ ਨੇ, ਕਿਉਂਕਿ ਜੇ ਅੱਜ ਮੰਤਰੀ ਦੀ ਸਹੁੰ ਚੱਕਦੇ ਤਾਂ 6 ਮਹੀਨੇ ਦੇ ਅੰਦਰ ਅੰਦਰ ਇਹਨਾਂ ਨੂੰ ਪਾਰਲੀਮੈਂਟ ਦੀ ਮੈਂਬਰਸ਼ਿਪ ਲੈਣੀ ਵੀ ਜ਼ਰੂਰੀ ਹੋ ਜਾਏਗੀ। ਤਾਂ ਹਾਰ ਕੇ ਵੀ ਰਵਨੀਤ ਬਿੱਟੂ ਕਿਤੇ ਨਾ ਕਿਤੇ ਜਿੱਤ ਗਏ ਨੇ। ਜਿਹੜੀ ਗੱਲ ਇਹਨਾਂ ਨੂੰ ਮੰਤਰੀ ਮੰਡਲ ਦੇ ਵਿੱਚ ਲੈਣ ਦੀ ਹੈ, ਉਹ ਸਭ ਤੋਂ ਵੱਡੀ ਗੱਲ ਇਹ ਹੈ ਕਿ ਕਿਉਂਕਿ ਸ਼ਹਿਰੀ ਹਲਕਿਆਂ ਦੇ ਵਿੱਚ ਰਵਨੀਤ ਬਿੱਟੂ ਪੂਰੀ ਤਰ੍ਹਾਂ ਜਿੱਤੇ ਸੀਗੇ, ਸਿਰਫ 3 ਹਲਕਿਆਂ ਦੇ ਵਿੱਚ ਰਾਜਾ ਵੜਿੰਗ ਤੋਂ ਹਾਰੇ, ਬਾਕੀ 5 ਹਲਕਿਆਂ ਦੇ ਵਿੱਚ ਰਵਨੀਤ ਬਿੱਟੂ ਜਿਹੜੇ ਨੇ ਉਹ ਜਿੱਤੇ ਸੀਗੇ ਰਾਜਾ ਵੜਿੰਗ ਤੋਂ, ਔਰ ਕਾਫੀ ਅੱਛੇ ਖਾਸੇ ਵੋਟ ਬੈਂਕ ਦੇ ਨਾਲ ਜਿੱਤੇ ਸੀਗੇ। ਇਸ ਕਰਕੇ ਹੋ ਸਕਦਾ ਕਿ ਇਸ ਨਤੀਜਿਆਂ ਦੇ ਫਲ ਦੇ ਵਿੱਚ ਇਹਨਾਂ ਨੂੰ ਅੱਜ ਮੰਤਰੀ ਮੰਡਲ ਦੇ ਵਿੱਚ ਸ਼ਾਮਲ ਕਰਾਇਆ ਜਾ ਰਿਹਾ। ਪੰਜਾਬ ਦੇ ਵਿੱਚੋਂ ਹਜੇ ਤੱਕ ਰਵਨੀਤ ਬਿੱਟੂ ਦਾ ਹੀ ਨਾਮ ਆ ਰਿਹਾ, ਕਿਉਂਕਿ ਪੰਜਾਬ ਦੇ ਵਿੱਚ ਕੋਈ ਵੀ ਬੀਜੇਪੀ ਦਾ ਮੈਂਬਰ ਜਿਹੜਾ ਉਹ ਉਮੀਦਵਾਰ ਜਿਹੜਾ ਸੀਟ ਨਹੀਂ ਜਿੱਤ ਪਾਇਆ ਸੀਗਾ, ਇੱਕੋ ਕੋਈ ਐਮ ਪੀ ਨਹੀਂ ਸੀਗਾ, ਔਰ ਕਿਉਂਕਿ ਪੰਜਾਬ ਨੂੰ ਵੀ ਨੁਮਾਇੰਦਗੀ ਦੇਣੀ ਹੈ ਤੇ ਪੰਜਾਬ ਨੂੰ ਨੁਮਾਇੰਦਗੀ ਆਪਣੇ ਮੰਤਰੀ ਮੰਡਲ ਦੇ ਵਿੱਚ ਦੇਣ ਲਈ ਸਭ ਤੋਂ ਵੱਡਾ ਚਿਹਰਾ ਇਸ ਵੇਲੇ ਰਵਨੀਤ ਬਿੱਟੂ ਹੀ ਵਿਖਾਈ ਦੇ ਰਹੇ ਨੇ। ਹਾਲਾਂਕਿ ਕੈਬਨਿਟ ਮੰਤਰੀ ਵਜੋਂ ਨਹੀਂ, ਇਹ ਮਿਨਿਸਟਰ ਆਫ ਸਟੇਟਸ, ਮਤਲਬ ਕੈਬਨਿਟ ਤੋਂ ਬਾਅਦ ਮਿਨਿਸਟਰ ਆਫ ਸਟੇਟ ਇੰਡੀਪੈਂਡੈਂਟ ਚਾਰਜ ਹੁੰਦਾ, ਫਿਰ ਉਸ ਤੋਂ 3 ਨੰਬਰ ਦੇ ਵਿੱਚ ਮਿਨਿਸਟਰ ਆਫ ਸਟੇਟ ਹੁੰਦਾ। ਇਹ ਦੇਖਣਾ ਹੋਏਗਾ ਕਿ ਮਿਨਿਸਟਰ ਆਫ ਸਟੇਟ ਇੰਡੀਪੈਂਡੈਂਟ ਚਾਰਜ ਮਿਲਦਾ ਇਹਨਾਂ ਨੂੰ ਜਾਂ ਮਿਨਿਸਟਰ ਆਫ ਸਟੇਟ ਮਿਲਦਾ, ਪਰ ਜੋ ਵੀ ਹੈ ਮੰਤਰੀ ਮੰਡਲ ਦੇ ਵਿੱਚ ਜ਼ਰੂਰ ਸ਼ਾਮਲ ਹੋਣਗੇ। ਇਹਨਾਂ ਦਾ ਕੱਦ ਜਿਹੜਾ ਹਾਰ ਕੇ ਵੀ ਅੱਜ ਰਵਨੀਤ ਬਿੱਟੂ ਦਾ ਵੱਧ ਜਾਏਗਾ। ਨਵੀਂ ਜੀ ਜੀ, ਆਉਣ ਵਾਲੇ ਸਮੇਂ ਦੇ ਵਿੱਚ ਜੇ ਇਹਨਾਂ ਨੂੰ ਮੰਤਰੀ ਮੰਡਲ ਵਿੱਚ ਸ਼ਾਮਲ ਕੀਤਾ ਜਾਂਦਾ ਤੇ ਉਸਦਾ ਪੰਜਾਬ ਨੂੰ ਜਾਂ ਲੁਧਿਆਣਾ ਵਾਸੀਆਂ ਨੂੰ ਫਾਇਦਾ ਹੋ ਸਕਦਾ ਜੀ? ਬਿਲਕੁਲ, ਕਿਉਂਕਿ ਬੀਜੇਪੀ ਦੀ ਇਹੀ ਰਣਨੀਤੀ ਹੈ ਕਿ ਜਿਸ ਤਰ੍ਹਾਂ ਸ਼ਹਿਰੀ ਵੋਟਾਂ ਦੇ ਵਿੱਚ ਬੀਜੇਪੀ ਦਾ ਚੰਗਾ ਰੁਝਾਨ ਰਿਹਾ, ਔਰ ਲੁਧਿਆਣੇ ਨੂੰ ਵੀ ਸ਼ਹਿਰ ਦੇ ਵਿੱਚ ਰਵਨੀਤ ਬਿੱਟੂ 5 ਹਲਕਿਆਂ ਦੇ ਵਿੱਚ ਬੜੀ ਵੱਡੀ ਜਿੱਤ ਹਾਸਲ ਕਰਦੇ ਨੇ। ਹਾਲਾਂਕਿ 9 ਹਲਕਿਆਂ ਦੇ ਵਿੱਚ ਜਿੱਤ ਹਾਸਲ ਕਰ ਪਾਉਂਦੇ ਤਾਂ ਇਹ ਜਿੱਤ ਜਾਂਦੇ, ਪਰ 5 ਹਲਕਿਆਂ ਦੇ ਵਿੱਚ ਇਹਨਾਂ ਨੇ ਬੜਾ ਮਾਰਜਨ ਜਿਹੜਾ ਹੈ ਉਹ ਰਵਨੀਤ ਰਾਜਾ ਵੜਿੰਗ ਤੋਂ ਤੈਅ ਕੀਤਾ ਸੀਗਾ। ਉਹ ਵੋਟਰਾਂ ਨੂੰ ਆਪਣੇ ਨਾਲ ਹੋਰ ਉਹਨਾਂ ਦੇ ਵਿੱਚ ਵਾਧਾ ਕਰਨ ਦੇ ਲਈ ਔਰ 2027 ਦੀ ਜ਼ਮੀਨ ਜਿਹੜੀ ਆ ਉਹ ਪੱਕੀ ਕਰਨ ਦੇ ਲਈ ਬੀਜੇਪੀ ਨੂੰ ਮੰਤਰੀ ਮੰਡਲ ਦੇ ਵਿੱਚ ਪੰਜਾਬ ਤੋਂ ਨੁਮਾਇੰਦਗੀ ਦੇਣੀ ਬੇਹੱਦ ਜ਼ਰੂਰੀ ਸੀਗੀ, ਔਰ ਇਸੇ ਕਰਕੇ ਇੱਕ ਸਿੱਖ ਚਿਹਰੇ ਨੂੰ ਵੀ ਸ਼ਾਮਲ ਕੀਤਾ ਜਾ ਰਿਹਾ। ਤੁਸੀਂ ਇਹ ਵੀ ਸੋਚ ਸਕਦੇ ਹੋ ਕਿ ਪਿਛਲੀ ਵਾਰੀ ਸੋਮ ਪ੍ਰਕਾਸ਼ ਸੀਗੇ ਜਾਂ ਹਰਸਿਮਰਤ ਕੌਰ ਬਾਦਲ ਅਕਾਲੀ ਦਲ ਵੱਲੋਂ ਆਉਂਦੇ ਸੀਗੇ ਕੈਬਨਿਟ ਦੇ ਵਿੱਚ, ਔਰ ਮਿਨਿਸਟਰ ਆਫ ਸਟੇਟ ਸੀਗੇ ਸੋਮ ਪ੍ਰਕਾਸ਼, ਪਰ ਇਸ ਵਾਰੀ ਰਵਨੀਤ ਬਿੱਟੂ ਨੂੰ ਬਤੌਰ ਤੁਸੀਂ ਦੇਖੋ ਕਿ ਸਿੱਖ ਚਿਹਰਾ ਹੋ ਗਿਆ ਇੱਕ ਤਾਂ, ਔਰ ਸ਼ਹਿਰਾਂ ਦੇ ਵਿੱਚ ਅੱਕਾ ਖਾਸਾ ਨਾਮ ਰਵਨੀਤ ਬਿੱਟੂ ਦਾ, ਤਾਂ ਇਸ ਕਰਕੇ ਰਵਨੀਤ ਬਿੱਟੂ ਨੂੰ ਜਿਹੜਾ ਅੱਜ ਮੰਤਰੀ ਮੰਡਲ ਦੇ ਵਿੱਚ ਸ਼ਾਮਲ ਕੀਤਾ ਜਾ ਰਿਹਾ ਹੈ। ਜੀ ਜੀ ਜੀ, ਔਰ ਇਸ ਸਮੇਂ ਦੀ ਵੱਡੀ ਖਬਰ ਦੱਸ ਰਿਹਾ ਕਿ
PMO ਹਾਊਸ ਪਹੁੰਚ ਗਏ ਨੇ ਰਵਨੀਤ ਬਿੱਟੂ ਔਰ ਇਸ ਸਮੇਂ ਦੀ ਵੱਡੀ ਖਬਰ ਦੱਸ ਰਿਹਾ ਮੋਦੀ ਕੈਬਨਿਟ ਦੇ ਵਿੱਚ ਸ਼ਾਮਲ ਹੋ ਸਕਦੇ ਨੇ ਰਵਨੀਤ ਬਿੱਟੂ ਔਰ ਸਾਡੇ ਨਾਲ ਰਿਮਾਂਸ਼ੂ ਗਾਬਾ ਜੀ 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 ਨਵੀਂ ਕੈਬਨਿਟ ਨਹੀਂ ਮੰਤਰੀ ਮੰਡਲ ਮੰਤਰੀ ਜੀ ਜੀ ਮਿਨਿਸਟਰ ਆਫ ਸਟੇਟ ਜੀ ਜੀ ਕੈਬਨਿਟ ਦਾ ਦਰਜਾ ਨਹੀਂ ਮਿਲੇਗਾ ਪਰ ਜਿਹੜਾ ਤੀਜੇ ਨੰਬਰ ਵਾਲਾ ਮੰਤਰੀ ਹੁੰਦਾ ਮਿਨਿਸਟਰ ਆਫ ਸਟੇਟ ਕਿਸੇ ਕੈਬਨਿਟ ਮੰਤਰੀ ਦੇ ਅਧੀਨ ਕੰਮ ਕਰਦਾ ਹੁੰਦਾ ਉਹ ਵਾਲਾ ਅਹੁਦਾ ਜਿਹੜਾ ਜਾਂ ਹੋ ਸਕਦਾ ਕਿ ਮਿਨਿਸਟਰ ਆਫ ਸਟੇਟ ਇੰਡੀਪੈਂਡੈਂਟ ਚਾਰਜ ਯਾਨੀ ਕਿ ਕਿਸੇ ਮਹਿਕਮੇ ਦਾ ਪੂਰਾ ਜ਼ਿੰਮੇਵਾਰੀ ਕਿਸੇ ਵੀ ਮਹਿਕਮੇ ਦੀ ਦੇ ਦੇਣੀ ਪਰ ਕੈਬਨਿਟ ਮੰਤਰੀ ਨਾ ਹੋਣਾ ਇਹ ਵੀ ਮਿਨਿਸਟਰ ਆਫ ਇੰਡੀਪੈਂਡੈਂਟ ਚਾਰਜ ਵੀ ਮਿਲ ਸਕਦਾ ਮਿਨਿਸਟਰ ਆਫ ਸਟੇਟ ਦੇ ਵਿੱਚ ਜਾਂ ਮਿਨਿਸਟਰ ਆਫ ਸਟੇਟ ਸੀ ਯਾਨੀ ਕਿ ਕਿਸੇ ਕੈਬਨਿਟ ਮੰਤਰੀ ਦੇ ਅਧੀਨ ਵੀ ਦੂਜਾ ਮੰਤਰੀ ਜਿਹੜਾ ਲਗਾਇਆ ਜਾਂਦਾ ਉਹ ਵੀ ਅਹੁਦਾ ਇਹਨਾਂ ਨੂੰ ਮਿਲ ਸਕਦਾ ਪਰ ਬਹੁਤ ਵੱਡੀ ਗੱਲ ਹੈ ਕਿ ਮੰਤਰੀ ਮੰਡਲ ਦੇ ਵਿੱਚ ਸ਼ਾਮਲ ਹੋ ਰਹੇ ਨੇ ਇਲੈਕਸ਼ਨਾਂ ਤੋਂ ਕੁਛ ਮਹੀਨੇ ਪਹਿਲਾਂ ਹੀ ਬੀਜੇਪੀ ਜੁਆਇਨ ਕਰਦੇ ਨੇ ਕਾਂਗਰਸ ਨੂੰ ਛੱਡ ਕੇ ਹਾਲਾਂਕਿ ਇਲੈਕਸ਼ਨ ਹਾਰ ਵੀ ਜਾਂਦੇ ਨੇ ਬਾਵਜੂਦ ਇਸ ਦੇ ਇੰਨਾ ਵੱਡਾ ਇਨਾਮ ਮਿਲਣ ਜਾ ਰਿਹਾ ਤੇ ਕਿਤੇ ਕਿਤੇ ਰਵਨੀਤ ਬਿੱਟੂ ਦਾ ਜੇ ਕਿਹਾ ਜਾਂਦਾ ਕਿ ਕਿਸਮਤ ਦੇ ਬੜੇ ਧਨੀ ਨੇ ਜੀ 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 ਜਿਹੜੇ ਲੋਕ ਉਹਨਾਂ ਨੂੰ ਪੁਰਾਣੇ ਜਾਣਦੇ ਨੇ ਉਹ ਇਹ ਕਹਿੰਦੇ ਨੇ ਕਿ ਕਿਸਮਤ ਦੇ ਬੜੇ ਧਨੀ ਨੇ ਪਰ ਸ਼ਾਇਦ ਕਿਸਮਤ ਨੇ 4 ਜੂਨ ਤੱਕ ਉਹਨਾਂ ਦਾ ਸਾਥ ਨਹੀਂ ਛੱਡਿਆ ਸੀਗਾ 4 ਜੂਨ ਤੋਂ ਬਾਅਦ ਵੀ ਰਵਨੀਤ ਬਿੱਟੂ ਦੇ ਲਈ ਪਿਕਚਰ ਵੀ ਬਾਕੀ ਸੀਗੀ ਉਹ ਜਿਹੜਾ ਅਗਲਾ ਸੀਨ ਆ ਉਹ ਅੱਜ ਨਜ਼ਰ ਆਏਗਾ ਜੀ 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 ਤਮਾਮ ਜਾਣਕਾਰੀ ਲਈ ਧੰਨਵਾਦ ਸੋ ਰਵਨੀਤ ਬਿੱਟੂ ਅੱਜ ਮੋਦੀ ਦੀ ਮੰਤਰੀ ਮੰਡਲ ਦੇ ਵਿੱਚ ਸ਼ਾਮਲ ਹੋ ਸਕਦੇ ਨੇ ਸੋ ਵੱਡੀ ਖਬਰ ਹੈ ਪੰਜਾਬ ਦੇ ਲਈ ਵੀ ਕਿਉਂਕਿ ਪੰਜਾਬ ਤੋਂ ਰਵਨੀਤ ਬਿੱਟੂ ਨੂੰ ਕਾਲ ਆਈ ਹੈ ਦੱਸਿਆ ਜਾ ਰਿਹਾ ਸੀ ਜਿਵੇਂ ਅਸੀਂ ਸਵੇਰੇ ਵੀ ਜ਼ਿਕਰ ਕਰ ਰਹੇ ਸੀ ਕਿ ਜਿਹਨਾਂ ਜਿਹਨਾਂ ਨੇ ਮੰਤਰੀ ਮੰਡਲ ਦੇ ਵਿੱਚ ਸ਼ਾਮਲ ਹੋਣਾ ਹੈ ਅਮਿਤ ਸ਼ਾਹ ਦੇ ਵੱਲੋਂ ਉਹਨਾਂ ਨੂੰ ਫੋਨ ਕੀਤੇ ਜਾ ਰਹੇ ਨੇ ਸੋ ਰਵਨੀਤ ਬਿੱਟੂ ਜਿਹੜੇ ਨੇ PM ਹਾਊਸ ਪਹੁੰਚ ਚੁੱਕੇ ਨੇ ਕਿਉਂਕਿ PM ਹਾਊਸ ਜਿਹਨਾਂ ਨੇ ਵੀ ਅੱਜ ਮੰਤਰੀ ਮੰਡਲ ਦੇ ਵਿੱਚ ਸ਼ਾਮਲ ਹੋਣਾ ਹੈ ਸੰਭਾਵਿਤ ਚਰਚਾ ਹੈ ਕਿ PM ਹਾਊਸ ਉਹ ਪਹੁੰਚ ਗਏ ਨੇ ਔਰ ਕੈਬਨਿਟ ਦੇ ਵਿੱਚ ਉਹ ਸ਼ਾਮਲ ਹੋ ਸਕਦੇ ਨੇ ਰਵਨੀਤ ਬਿੱਟੂ ਦੇ ਲਈ ਵੱਡੀ ਖਬਰ ਹੈ ਪੰਜਾਬ ਦੇ ਲਈ ਵੱਡੀ ਖਬਰ ਹੈ ਰਵਨੀਤ ਬਿੱਟੂ ਨੂੰ ਚਾਹ ਪਾਰਟੀ ਦੇ ਲਈ ਫੋਨ ਕੀਤਾ ਗਿਆ ਸੀ ਔਰ ਉੱਥੇ ਪਹੁੰਚ ਗਏ ਨੇ ਔਰ ਚਰਚਾ ਇਹ ਚੱਲ ਪਈ ਹੈ ਕਿ ਰਵਨੀਤ ਬਿੱਟੂ ਨੂੰ PM ਮੋਦੀ ਦੇ ਮੰਤਰੀ ਮੰਡਲ ਦੇ ਵਿੱਚ ਸ਼ਾਮਲ ਕੀਤਾ ਜਾ ਸਕਦਾ ਹੈ ਹਾਲਾਂਕਿ ਲੁਧਿਆਣਾ ਤੋਂ ਉਹ ਜਿਹੜੀਆਂ ਲੋਕ ਸਭਾ ਦੀ ਚੋਣ ਹੈ ਭਾਜਪਾ ਦੇ ਉਮੀਦਵਾਰ ਸੀ ਚੋਣ ਹਾਰੇ ਨੇ ਪਰ ਉਹਨਾਂ ਦਾ ਪ੍ਰਦਰਸ਼ਨ ਬਹੁਤ ਵਧੀਆ ਰਿਹਾ ਉੱਥੇ 3 ਲੱਖ ਤੋਂ ਵੱਧ ਵੋਟਾਂ ਹਾਸਲ ਕਰਨ ਦੇ ਵਿੱਚ ਰਵਨੀਤ ਬਿੱਟੂ ਕਾਮਯਾਬ ਹੋਏ ਔਰ ਜੇਕਰ ਲੁਧਿਆਣਾ ਸ਼ਹਿਰੀ ਦੀ ਗੱਲ ਕਰੀਏ ਤਾਂ ਲੁਧਿਆਣਾ ਸ਼ਹਿਰੀ ਦੇ 5 ਇਲਾਕਿਆਂ ਦੇ ਵਿੱਚ ਰਵਨੀਤ ਬਿੱਟੂ ਟੌਪ 'ਤੇ ਰਹੇ ਨੇ ਸੋ ਇਹ ਇੱਕ ਵੱਡਾ ਦਾਅ ਜਿਹੜਾ ਕਹਿ ਸਕਦੇ ਹਾਂ ਕਿ ਭਾਜਪਾ ਉਹਨਾਂ ਦੇ ਉੱਪਰ ਖੇਡ ਰਹੀ ਹੈ ਮੋਦੀ ਕੈਬਨਿਟ ਦੇ ਵਿੱਚ ਸ਼ਾਮਲ ਹੋ ਸਕਦੇ ਨੇ ਰਵਨੀਤ ਬਿੱਟੂ ਔਰ ਉਹਨਾਂ ਨੂੰ ਕਾਲ ਆਈ ਸੀ ਔਰ ਉਹ ਉੱਥੇ ਪਹੁੰਚ ਗਏ ਨੇ PM ਹਾਊਸ ਪਹੁੰਚੇ ਨੇ ਅੱਜ ਚਾਹ 'ਤੇ ਚਰਚਾ ਹੋਏਗੀ ਔਰ ਸ਼ਾਮ ਨੂੰ ਇੱਕ ਵੱਡਾ ਪ੍ਰੋਗਰਾਮ ਹੋਏਗਾ ਜਿਸ ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਹੁੰ ਚੁੱਕਣਗੇ ਤੀਸਰੀ ਵਾਰ ਪ੍ਰਧਾਨ ਮੰਤਰੀ ਦੀ ਸਹੁੰ ਚੁੱਕਣਗੇ ਔਰ ਉਸ ਪ੍ਰੋਗਰਾਮ ਦੀਆਂ ਤਿਆਰੀਆਂ ਅਸੀਂ ਤੁਹਾਨੂੰ ਬੀਤੇ ਕੱਲ੍ਹ ਤੋਂ ਹੀ ਦਿਖਾ ਰਹੇ ਹਾਂ ਜਿਸ ਦੇ ਵਿੱਚ ਅਸੀਂ ਦਿਖਾਇਆ ਸੀ ਕਿ ਕਿਸ ਤਰੀਕੇ ਦੇ ਨਾਲ ਸਾਰੀਆਂ ਤਿਆਰੀਆਂ ਚੱਲ ਰਹੀਆਂ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਵੇਰੇ ਪਹੁੰਚੇ ਸੀ ਰਾਜਘਾਟ ਉਹਨਾਂ ਨੇ ਮਹਾਤਮਾ ਗਾਂਧੀ ਦੇ ਸਮਾਰਕ ਦੇ ਉੱਤੇ ਸ਼ਰਧਾਂਜਲੀ ਦਿੱਤੀ ਉਸ ਤੋਂ ਬਾਅਦ ਅਟਲ ਸਮਾਰਕ ਪਹੁੰਚੇ ਉੱਥੇ ਉਹਨਾਂ ਨੇ ਅਟਲ ਬਿਹਾਰੀ ਵਾਜਪੇਈ ਨੂੰ ਸ਼ਰਧਾਂਜਲੀ ਦਿੱਤੀ ਉਸ ਤੋਂ ਬਾਅਦ ਵਾਰ ਮੈਮੋਰੀਅਲ ਪਹੁੰਚੇ ਜਿੱਥੇ ਉਹਨਾਂ ਨੇ ਜਾ ਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਔਰ ਇਸ ਸਮੇਂ ਦੀ ਵੱਡੀ ਖਬਰ ਇਹੀ ਆ ਕਿ ਪੰਜਾਬ ਦੇ ਨਾਲ ਜੁੜੀ ਹੋਈ ਆ ਰਵਨੀਤ ਬਿੱਟੂ ਨੂੰ ਚਾਹ ਪਾਰਟੀ ਦੇ ਲਈ ਫੋਨ ਆਇਆ ਸੀ ਔਰ PM ਹਾਊਸ ਉਹ ਪਹੁੰਚ ਚੁੱਕੇ ਨੇ ਔਰ ਇਸ ਤੋਂ ਬਾਅਦ ਹੁਣ ਉਹਨਾਂ ਨੂੰ ਚਰਚਾ ਇਹ ਚੱਲ ਰਹੀ ਆ ਕਿ ਮੋਦੀ ਕੈਬਨਿਟ ਦੇ ਵਿੱਚ ਉਹਨਾਂ ਨੂੰ ਲਿਆ ਜਾ ਸਕਦਾ ਹੈ ਸੋ ਰਵਨੀਤ ਬਿੱਟੂ ਨੂੰ PM ਮੋਦੀ ਦੇ ਮੰਤਰੀ ਮੰਡਲ ਦੇ ਵਿੱਚ ਸ਼ਾਮਲ ਕੀਤਾ ਜਾ ਸਕਦਾ ਪਰ ਇਹ ਦੇਖਣਾ ਹੋਏਗਾ ਜੇ ਉਹਨਾਂ ਨੂੰ ਸ਼ਾਮਲ ਕੀਤਾ ਜਾਂਦਾ ਅਤੇ ਅਹੁਦਾ ਕਿਹੜਾ ਦਿੱਤਾ ਜਾਂਦਾ ਜ਼ਿੰਮੇਵਾਰੀ ਕਿਹੜੀ ਦਿੱਤੀ ਜਾਂਦੀ ਹੈ ਵਿਭਾਗ ਕਿਹੜਾ ਦਿੱਤਾ ਜਾਂਦਾ ਇਹ ਚਰਚਾ ਦਾ ਵਿਸ਼ਾ ਰਹੇਗਾ ਸੋ ਰਵਨੀਤ ਬਿੱਟੂ ਔਰ ਲੁਧਿਆਣਾ ਵਾਸੀਆਂ ਲਈ ਕਹਿ ਸਕਦੇ ਹਾਂ ਇੱਕ ਵੱਡੀ ਖਬਰ ਹੈ ਕਿ ਰਵਨੀਤ ਬਿੱਟੂ ਨੂੰ ਪ੍ਰਧਾਨ ਮੰਤਰੀ ਮੋਦੀ ਦੇ ਮੰਤਰੀ ਮੰਡਲ ਦੇ ਵਿੱਚ ਸ਼ਾਮਲ ਕਰਨ ਦੇ ਲਈ ਫੋਨ ਆਇਆ ਨਿਯੋਤਾ ਆਇਆ ਸੂਤਰਾਂ ਦੇ ਹਵਾਲੇ ਤੋਂ ਇਸ ਸਮੇਂ ਦੀ ਵੱਡੀ ਖਬਰ ਦੇਸ਼ ਦੁਨੀਆ ਕੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲਈ ਫੋਲੋ ਕਰੇ ਦੈਨਿਕ ਸਵੇਰਾ TV ਯੂਟਿਊਬ ਫੇਸਬੁੱਕ ਇੰਸਟਾਗ੍ਰਾਮ ਐਕਸ ਔਰ ਵਟਸਐਪ ਚੈਨਲ ਪਰ